आकाशवाणी दे जलंधर केंद्र मीडियम वेव 343.6 मीटर यानी 873 किलोहर्ट्ज़ से लो हुण पेश है आज दा खेतीबाड़ी प्रोग्राम। किसान वीर जय हिंद। भाई किसान वीर असी वख वख मौसम विच सब्जियां पैदा करते हैं। सब्जियां थोड़े समय विच तैयार हो जांदियां ने ते खास तौर ते अपना जिहड़े शहरां दे लागे खेतर है उत्थे असी सब्जियां बहुत वधिया तरीके नाल पैदा करके फसलां दे मुकाबले ज्यादा मुनाफा कमा सकते हैं। सो सब्जियां पैदा करना तो एक कला है ही है। इस तो अलावा भी किसान वीरों गल आ जांदी है कि सब्जियां नूं तैयार करके तोड़ के ते उहदा मंडीकरण करना उस तो भी वध महत्वपूर्ण है, क्योंकि भाई जिहड़ी सब्जी है ना जदों टुट जांदी है ना ते उस बाद च बहुत छेती खराब होने वाली चीज है। सो जे असीं ਅਦੀ ਠੀਕ ਤਰੀਕੇ ਨਾਲ ਸਾਂਭ ਸੰਭਾਲ ਨਹੀਂ ਕਰਦੇ ਜਾਂ ਸਮੇਂ ਸਿਰ ਵਿਕਰੀ ਨਹੀਂ ਹੁੰਦੀ ਤੇ ਫਿਰ ਸਾਨੂੰ ਬਹੁਤ ਸਾਰਾ ਕਈ ਵਾਰ ਨੁਕਸਾਨ ਵੀ ਉਠਾਉਣਾ ਪੈਂਦਾ ਆ। ਸੋ ਸਬਜ਼ੀਆਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਫਸਲ ਚੱਕਰ ਦੀ ਚੋਣ ਕਰਕੇ ਬਿਜਾਈ ਤੋਂ ਬਾਅਦ ਅਹਿਮ ਗੱਲ ਆ ਜਾਂਦੀ ਹੈ ਕਿ ਆਪਾਂ ਨੇ ਕਿਸ ਸਮੇਂ ਤੇ ਇਹਨਾਂ ਦੀ ਤੁੜਾਈ ਕਰਨੀ ਹੈਗੀ ਆ। ਸੋ ਆਪਣੇ ਇਲਾਕੇ ਦੇ ਹਿਸਾਬ ਨਾਲ ਅਸੀਂ ਜਿਸ ਤਰ੍ਹਾਂ ਦੀ ਤੁੜਾਈ ਕਰਨੀ ਹੈਗੀ ਹੈ। ਇੱਕ ਤਾਂ ਹੁੰਦਾ ਕਿ ਆਪਾਂ ਕਿਸਾਨ ਵੀਰੋ ਕਿ ਸਬਜ਼ੀ ਤੋੜ ਕੇ ਕੱਚੀ ਮੰਡੀ ਵਿੱਚ ਵੇਚਣੀ ਹੁੰਦੀ ਹੈਗੀ ਹੈ। ਕੁਛ ਹੁੰਦਾ ਕਿ ਆਪਾਂ ਉਹਨੂੰ ਪੱਕੀਆਂ ਪਕਾ ਕੇ ਫਿਰ ਵੇਕਰੀ ਕਰਦੇ ਹੈਗੇ ਆ ਤੇ ਕੁਛ ਸਬਜ਼ੀਆਂ ਕਿ ਆਪਾਂ ਉਹਨੂੰ ਰੱਖਦੇ ਹਾਂ ਆਪਣੇ ਵਾਸਤੇ ਬੀਜ ਤਿਆਰ ਕਰਦੇ ਹੈਗੇ ਆ। ਸੋ ਕਿਸ ਮਕਸਦ ਲਈ ਆਪਾਂ ਜਿਹੜੀ ਸਾਡੀ ਸਬਜ਼ੀ ਪੈਦਾ ਕਰ ਰਹੇ ਹਾਂ ਉਹ ਬਹੁਤ ਹੀ ਮਹੱਤਵਪੂਰਨ ਹੈ। ਸੋ ਆਪਣੇ ਇਲਾਕੇ ਦੇ ਹਿਸਾਬ ਨਾਲ ਅਸੀਂ ਜਿਸ ਤਰ੍ਹਾਂ ਸਬਜ਼ੀਆਂ ਦੀ ਤੁੜਾਈ ਕਰਕੇ ਅਹਿਮ ਗੱਲ ਹੁੰਦੀ ਹੈ ਕਿ ਤੁੜਾਈ ਦੇ ਦੌਰਾਨ ਜਿਹੜੀ ਸਾਡੀ ਸਬਜ਼ੀ ਹੈ ਨਾ ਉਸ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ। ਖਾਸ ਤੌਰ ਤੇ ਅਹਿਤਿਆਤ ਰੱਖਣ ਦੀ ਲੋੜ ਹੈਗੀ ਹੈ ਜਿੱਦਾਂ ਆਪਾਂ ਹੱਥ ਨਾਲ ਤੁੜਾਈ ਕਰਦੇ ਹਾਂ ਕਿ ਇਸ ਤਰੀਕੇ ਨਾਲ ਤੁੜਾਈ ਕਰੀਏ ਕਿ ਉਹਦੇ ਉੱਪਰ ਕੋਈ ਕਿਸਮ ਦਾ ਦਾਗ ਨਾ ਪੈ ਜਾਏ, ਕਿਉਂਕਿ ਜਿਹੜਾ ਸਾਡਾ ਖਪਤਕਾਰ ਹੈ ਉਹ ਇਸ ਗੱਲ ਵੱਲ ਖਾਸ ਧਿਆਨ ਦਿੰਦਾ ਹੈ ਕਿ ਸਬਜ਼ੀ ਹੈਗੀ ਹੈ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈਗੀ ਹੈ। ਤੁੜਾਈ ਕਰਕੇ ਅਸੀਂ ਠੀਕ ਤਰੀਕੇ ਨਾਲ ਅੱਜ ਕੱਲ੍ਹ ਸਾਨੂੰ ਕਈ ਤਰੀਕੇ ਦੇ ਪਲਾਸਟਿਕ ਦੇ ਕਰੇਟਸ ਮਿਲਦੇ ਹੈਗੇ ਆ, ਉਹਨਾਂ ਦੇ ਵਿੱਚ ਅਸੀਂ ਸਟੋਰ ਕਰ ਸਕਦੇ ਹੈਗੇ ਹਾਂ। ਫਿਰ ਜਦੋਂ ਕਿਸਾਨ ਵੀਰੋ ਜਦੋਂ ਅਸੀਂ ਸਬਜ਼ੀ ਤੁੜਾਈ ਕਰ ਲਈ, ਤੁੜਾਈ ਤੋਂ ਬਾਅਦ ਅਹਿਮ ਗੱਲ ਆ ਜਾਂਦੀ ਹੈ ਕਿ ਉਹ ਸਬਜ਼ੀ ਦੀ ਅਸੀਂ ਦਰਜਾਬੰਦੀ ਕਰਨਾ ਬਹੁਤ ਮਹੱਤਵਪੂਰਨ ਆ ਕਿ ਸਬਜ਼ੀ ਦੀ ਦੇਖ ਕੇ ਆਕਾਰ ਦੇ ਹਿਸਾਬ ਨਾਲ ਉਹਦਾ ਰੰਗ ਰੂਪ ਦੇਖ ਕੇ ਦਰਜਾਬੰਦੀ ਕਰ ਸਕਦੇ ਹੈਗੇ ਆ, ਕਿਉਂਕਿ ਉਹਦਾ ਸਾਨੂੰ ਕਈ ਵਾਰ ਭਾਅ ਬਹੁਤ ਅੱਛਾ ਮਿਲਦਾ ਜਿਹੜੀ ਅੱਛੀ ਸਬਜ਼ੀ ਹੈਗੀ ਆ। ਜਦੋਂ ਅਸੀਂ ਹਰ ਤਰੀਕੇ ਦੀ ਸਬਜ਼ੀ ਰਲਾ ਦਵਾਂਗੇ ਤੇ ਫਿਰ ਉਹਦਾ ਭਾਅ ਨਾ ਉਹ ਰਲਿਆ ਮਿਲਿਆ ਹੀ ਮਿਲਦਾ ਹੈਗਾ। ਸੋ ਜੇ ਅਸੀਂ ਛਾਂਟੀ ਕਰਕੇ ਉਹਦੇ ਤਰੀਕੇ ਨਾਲ ਸਬਜ਼ੀ ਮੰਡੀ ਚ ਭੇਜਾਂਗੇ, ਫਿਰ ਜਦੋਂ ਟੋਹਾ ਟੁਹਾਈ ਕਰਨੀ ਹੈਗੀ ਉਸ ਸਮੇਂ ਵੀ ਧਿਆਨ ਰੱਖੋ ਕਿ ਸਾਡੀ ਜਿਹੜੀ ਸਬਜ਼ੀਆਂ ਨੇ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਤੇ ਸਮੇਂ ਸਿਰ ਮੰਡੀ ਜਿਹੜੀ ਇਹ ਵਿੱਚ ਪਹੁੰਚ ਜਾਣ ਤੇ ਮੰਡੀ ਵਿੱਚ ਸਾਨੂੰ ਭਾਅ, ਕਿਉਂਕਿ ਇਹਨਾਂ ਦਾ ਕੋਈ ਫਿਕਸ ਭਾਅ ਨਹੀਂ ਕੀਤੇ ਹੁੰਦੇ, ਉਹ ਮੰਗ ਦੇ ਹਿਸਾਬ ਨਾਲ ਜਾਂ ਹੋਰ ਕਈ ਗੱਲਾਂ ਤੇ ਮੁਨਸਰ ਕਰਦਾ ਕਿ ਆਪਾਂ ਨੂੰ ਕੀ ਭਾਅ ਮਿਲਦਾ ਹੈਗਾ। ਸੋ ਬਹੁਤ ਹੀ ਅਹਿਤਿਆਤ ਤੌਰ ਤੇ ਜਿਸ ਤਰ੍ਹਾਂ ਕਿ ਆਪਾਂ ਸਬਜ਼ੀਆਂ ਪੈਦਾ ਕਰਦੇ ਆਏ ਹਾਂ ਤਾਂ ਉਹਦਾ ਮੰਡੀਕਰਨ ਕਰਨਾ ਉਸ ਤੋਂ ਵੀ ਵੱਧ ਮਹੱਤਵਪੂਰਨ ਹੈਗੀ ਹੈ। ਬਾਕੀ ਵੀ ਗੱਲ ਆ ਜਾਂਦੀ ਹੈ ਕਿ ਅਸੀਂ ਜੇ ਕੋਸ਼ਿਸ਼ ਕਰੀਏ ਕਿ ਸਬਜ਼ੀਆਂ ਨੂੰ ਤੁੜਾਈ ਤੋਂ ਬਾਅਦ ਸਾਂਭ ਸੰਭਾਲ ਕਰ ਸਕਦੇ ਹੈਗੇ ਹਾਂ, ਉਹਦੇ ਬਾਰੇ ਕਈ ਤਰੀਕੇ ਦੀ ਸਿਖਲਾਈ ਹਾਸਲ ਕੀਤੀ ਜਾ ਸਕਦੀ ਹੈਗੀ ਹੈ। ਸਬਜ਼ੀਆਂ ਨੂੰ ਧੋਣਾ ਜਾਂ ਠੀਕ ਤਰੀਕੇ ਨਾਲ ਠੰਡੇ ਕਰਨ ਦੇ ਵਾਸ਼ਪੇ ਕਰਨ ਵਾਲੇ ਕਮਰੇ ਹੈ ਉਹ ਵੀ ਤਿਆਰ ਕੀਤੇ ਜਾ ਸਕਦੇ ਹੈ ਤਾਂ ਕਿ ਥੋੜੇ ਸਮੇਂ ਵਾਸਤੇ ਆਪਾਂ ਸਬਜ਼ੀਆਂ ਹੈਗੀਆਂ ਉਹਨਾਂ ਨੂੰ ਉੱਥੇ ਸਟੋਰ ਕਰ ਸਕੀਏ ਤੇ ਫਿਰ ਬਾਅਦ ਜਦੋਂ ਭਾਅ ਠੀਕ ਹੋਵੇ ਆਪਾਂ ਉਹਦਾ ਮੰਡੀਕਰਨ ਕਰ ਸਕਦੇ ਹੈਗੇ ਹਾਂ। ਸੋ ਇਹ ਕੁਛ ਗੱਲਾਂ ਸੀ ਸਬਜ਼ੀਆਂ ਦੀ ਤੁੜਾਈ ਤੇ ਮੰਡੀਕਰਨ ਸੰਬੰਧੀ, ਹੁਣ ਸਮਾਂ ਹੋ ਰਿਹਾ ਅੱਗੇ ਜੋ ਕੱਲ ਫਿਰ ਮਿਲਾਂਗੇ। ਜੈ ਹਿੰਦ। ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ।